ਕਿ ਤੁਹਾਨੂੰ ਗਾਉਣਾ ਨਹੀਂ ਆਉਂਦਾ, ਤੁਹਾਡੇ ਚ ਇੰਨਾ ਘਮੰਡ ਹੈ, ਤੇ ਜਿਨ੍ਹਾਂ ਨੂੰ ਗਾਉਣਾ ਆਉਂਦਾ ਤੇ ਉਹਨਾਂ ਕੋਲ ਘਮੰਡ ਨਹੀਂ ਹੈਗਾ। ਪਹਿਲਾਂ ਆਪਾਂ ਕਹਿੰਦੇ ਵੀ ਮਾਂ ਜਿਹੜੀ ਹੁੰਦੀ ਹੈ ਨਾ ਉਹ, ਤੇ ਸਤਿ ਸ਼੍ਰੀ ਅਕਾਲ ਬੇਬੇ, ਸਤਿ ਸ਼੍ਰੀ ਅਕਾਲ। ਤੇ ਮੁੰਡਾ ਕਿੱਥੇ ਜੀ ਆਪਣਾ? ਲੱਕੀ ਲੱਕੀ ਜੀ। ਅੱਛਾ, ਇਹ ਵਰਦੀਆਂ ਨੇ ਇਹ ਸਕੂਲ ਦੀਆਂ ਕਿਸੇ ਦੀਆਂ? ਲੋਹਰਾਂ ਲੋਹਰਾਂ ਸਿਉਂਦੇ ਹੋ? ਕਿੰਨੇ ਪੈਸੇ ਮਿਲਦੇ ਇੱਕ ਲੋਹਰ ਸਿਉਂਦੇ? ਇੱਕ ਲੋਹਰ ਸਿਉਣ ਤੋਂ ਬਾਅਦ 4 ਰੁਪਏ ਮਿਲਦੇ? ਅੱਛਾ ਜੀ, ਚਲੋ ਬੇਬੇ ਨਾਲ ਫਿਰ ਗੱਲਬਾਤ ਕਰਾਉਂਦੇ ਹਾਂ। ਤੇ ਪਹਿਲਾਂ ਇਹਨਾਂ ਦੀ ਕੁੱਖ ਚੋਂ ਜਿਹੜਾ ਹੈ ਨਾ ਪੈਦਾ ਹੋਇਆ, ਉਹ ਫਨਕਾਰ, ਉਹ ਆਉਣ ਵਾਲਾ ਸਟਾਰ, ਉਹਦੇ ਕੋਲ ਲੈ ਕੇ ਚੱਲਦੇ ਹਾਂ। ਵੀਡੀਓ ਬਣਾਉਣ ਦਾ ਮਤਲਬ ਇੱਕੋ ਹੀ ਹੁੰਦਾ ਹੁੰਦਾ ਹੈ ਵੀ ਜਿਹੜੇ ਘਮੰਡ ਕਰਦੇ ਆ, ਜਿਨ੍ਹਾਂ ਦੇ ਤੁੱਕੇ ਲੱਗੇ ਹੋਏ ਆ, ਹੈ ਨਾ। ਆਹ ਦੇਖੋ, ਵਿਚਾਰਿਆਂ ਕੋਲ ਇੱਕੋ ਹੀ ਕਮਰਾ ਹੈ ਨਾ, ਜਿਨ੍ਹਾਂ ਦੇ ਤੁੱਕੇ ਚੱਲੇ ਹੁੰਦੇ ਨੇ ਉਹ ਘਮੰਡ ਕਰਨ ਲੱਗ ਜਾਂਦੇ, ਅਤੇ ਜਿਨ੍ਹਾਂ ਨੂੰ ਗਾਉਣਾ ਆਉਂਦਾ ਉਹ ਵਿਚਾਰੇ ਕਿਤੇ ਨਾ ਕਿਤੇ ਗਰੀਬੀ ਰੇਖਾ ਦੇ ਥੱਲੇ ਰੁਲ ਕੇ ਬਹਿ ਜਾਂਦੇ ਨੇ। ਲੱਕੀ ਸਤਿ ਸ਼੍ਰੀ ਅਕਾਲ, ਮੱਥਾ ਟੇਕਦਾ ਬੇਬੇ? ਧੰਨਵਾਦ ਬੇਬੇ, ਧੰਨਵਾਦ, ਜਿਉਂਦੀ ਵਸਦੀ ਰਹਿ। ਤੇ ਲੱਕੀ ਆਹ ਕੀ ਹਾਦਸਾ ਹੋ ਗਿਆ ਸੀ? ਬਾਹਰ ਦਿਖਾਈ ਕਰੰਟ ਲੱਗ ਗਿਆ ਸੀ ਛੋਟੇ ਹੁੰਦੇ? ਅੱਛਾ, ਤੇ ਕਾ ਮੂੰਹ ਤੇ ਹੈ? ਹਾਂਜੀ ਹਾਂਜੀ, ਬਗੈਰ ਬਹੁਤ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਬਾਈ ਕੋਈ ਰੰਗ ਦਿਖਾ ਦੇ। ਪਹਿਲਾਂ ਆਪਾਂ ਉਹ ਮਿੱਠੀ ਜਿਹੀ ਚਪੇੜ ਮੂੰਹ ਤੇ ਮਾਰੀਏ ਉਹਨਾਂ ਲੋਕਾਂ ਦੇ, ਹੈ ਨਾ, ਜਿਨ੍ਹਾਂ ਦੇ ਤੁੱਕੇ ਚੱਲਣ ਤੋਂ ਬਾਅਦ ਹਵਾ ਵੜ ਜਾਂਦੀ ਹੈ ਨਾ। ਪਹਿਲਾਂ ਅਰਦਾਸਾਂ ਦੁਆਵਾਂ ਵਿੱਚ ਕਹਿੰਦੇ ਨੇ ਕਿ ਲੋਕ ਸਾਨੂੰ ਚਾਹੁਣ ਲੱਗਣ, ਦਰਸ਼ਕ ਸਾਨੂੰ ਚਾਹੁਣ ਲੱਗਣ, ਸਰੋਤੇ ਸਾਨੂੰ ਚਾਹੁਣ ਲੱਗਣ, ਅਤੇ ਉਸ ਤੋਂ ਬਾਅਦ ਹਵਾ ਖਰਾਬ ਹੋ ਜਾਂਦੀ ਹੈ। ਅਤੇ ਉਹਨਾਂ ਨੂੰ ਮੈਂ ਦੱਸਦਾ ਕਿ ਜੇ ਕਿਤੇ ਆਹ ਵੀਰ ਹੋਰਾਂ ਨੂੰ ਮੌਕਾ ਮਿਲ ਗਿਆ, ਮੈਨੂੰ ਲੱਗਦਾ ਫਿਰ ਤੁਹਾਨੂੰ ਔਖਾ ਬਹੁਤ ਹੋ ਜੂਗਾ, ਹੈ ਨਾ, ਫਿਰ ਤੁਹਾਡੇ ਸਾਰੇ ਘਮੰਡ ਟੁੱਟ ਜਾਣਗੇ। ਬਾਈ ਜੀ ਆ ਜਾਓ, ਲੱਕੀ ਵੀਰੇ। ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋ। ਅੱਜ ਜੋ ਵੀ ਹਾਂ ਮੈਂ ਜਗ ਤੇ, ਅੱਜ ਜੋ ਵੀ ਹਾਂ ਮੈਂ ਜਗ ਤੇ, ਇੱਕ ਤੇਰੇ ਕਰਕੇ ਜਨਮ ਦੇਣ ਨਹੀਂ ਦੇ ਸਕਦਾ ਮੈਂ ਤੇਰੇ ਸਨਾ ਲਵਾਂ। ਓਹ ਕਿਆ ਬਾਤ ਆ ਜੀ, ਹਰ ਜਨਮ ਦੇਣ ਨਹੀਂ ਦੇ ਸਕਦੇ ਹੁੰਦੇ ਸੀ ਮਾਮਾ ਦਾ, ਹੈ ਨਾ। ਅਤੇ ਮੈਂ ਸਹੁੰ ਖਾਧੀ ਆ ਵੀ ਜਿੰਨਾ ਦਬਿਆ ਹੋਇਆ ਟੈਲੈਂਟ ਹੈ ਨਾ, ਜਿੰਨਾ ਲੁਕਿਆ ਹੋਇਆ, ਮੇਰੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਅੱਗੇ ਲੈ ਕੇ ਆਵਾਂ। ਮੈਂ ਤਾਂ ਲੈ ਕੇ ਆਉਣਾ ਕਿਉਂਕਿ ਮੈਂ ਵੀ ਖਿੱਚ ਚੁੱਕਿਆ। ਮੈਂ ਪਹਿਲਾਂ ਕਿਹਾ ਸੀਗਾ ਕਿ ਗਾਣਾ ਇੱਕ ਤੁੱਕਾ ਚੱਲ ਜਾਂਦਾ, ਗਾਣਾ ਨਹੀਂ ਚੱਲਦਾ, ਤੁੱਕਾ ਚੱਲ ਜਾਂਦਾ, ਕਿਵੇਂ ਨਾ ਕਿਵੇਂ ਚਲੋ ਪੌਲਸ ਪੂਲਸ ਕਰਕੇ ਪੈਸਿਆਂ ਦੇ, ਹੈ ਨਾ, ਮਾਧਿਅਮ ਰਾਹੀਂ, ਅਤੇ ਫਿਰ ਉਹ ਬੌਂਸਰ ਗਲਮੇ ਤੋਂ ਫੜਦਾ ਨਾ ਸਰੋਤੇ ਨੂੰ ਪਰੇ ਕਰਦਾ ਜਦੋਂ ਫੋਟੋ ਖਿਚਾਉਣ ਲਈ ਕਹਿੰਦਾ ਉਹ,
ਤੇ ਮੈਨੂੰ ਲੱਗਦਾ ਕਿ ਆਹ ਬੰਦੇ ਹੈ ਨਾ ਦੇਖੋ ਹਿੰਮਤਾਂ ਦੇ ਕਹਿੰਦੇ ਵੀ ਹਿੰਮਤ ਨਹੀਂ ਹਾਰੀ ਇੱਕ ਵਾਂ ਹੈ ਨਹੀਂ ਗੀ ਤੇ ਆਹ ਵੀ ਬਾਈ ਦੇ ਵੀ ਹੈ ਨਾ ਵੀ ਕਰੰਟ ਲੱਗ ਗਿਆ ਸੀ ਕਿੱਦਾਂ ਲੱਗ ਗਿਆ ਸੀ ਪੁੱਤੇ ਛੋਟਾ ਹੁੰਦਾ ਸੀਗਾ ਜੀ ਬਸ ਮੇਨ ਤਾਰ ਨਾਲ ਵੱਡੀ ਤਾਰ ਨਾਲ ਲੱਗ ਗਿਆ ਸੀ ਮੈਂ ਛੋਟੇ ਹੁੰਦੇ ਘਰ ਦਾ ਗੁਜ਼ਾਰਾ ਹੁਣ ਠੀਕ ਹੁੰਦਾ ਮਤਲਬ ਹਜੇ ਗੁਜ਼ਾਰਾ ਠੀਕ ਨਹੀਂ ਹੋ ਰਿਹਾ ਜੀ ਅੱਛਾ ਜੀ ਹਾਂਜੀ ਇਹ ਵੱਡੀ ਦਾਦੀ ਜੀ ਨਹੀਂ ਹਾਂਜੀ ਵੱਡੀ ਦਾਦੀ ਕੋਈ ਨਹੀਂ ਦਾਦੀ ਇੱਕ ਦਿਨ ਰੱਬ ਸਭ ਦੀ ਸੁਣਦਾ ਹੁੰਦਾ ਠੀਕ ਹੈ ਸੁਣਦਾ ਕਿ ਤੁਹਾਡਾ ਟੈਲੈਂਟ ਬਹੁਤ ਹੈ ਬੱਚੇ ਕੋਲ ਤੁਹਾਡੇ ਕੋਲ ਹੈ ਨਾ ਅਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅੱਗੇ ਲੈ ਕੇ ਆਈਏ ਅਤੇ ਮੈਂ ਜਿੱਥੇ ਜਾਂਦਾ ਮੈਂ ਇਕੱਲਾ ਵੀਡੀਓ ਨਹੀਂ ਬਣਾਉਂਦਾ ਮੈਂ ਲੱਕੀ ਨੂੰ ਗਾਣਾ ਵੀ ਦਊਂਗਾ ਅਤੇ ਗਾਣਾ ਤੁਹਾਨੂੰ ਸੁਣਨ ਨੂੰ ਵੀ ਜਲਦੀ ਮਿਲੂਗਾ ਠੀਕ ਹੈ ਅਤੇ ਮੈਂ ਖੁਸ਼ ਨਸੀਬ ਸਮਝੂੰਗਾ ਕਿ ਲੱਕੀ ਨੇ ਮੇਰਾ ਗਾਣਾ ਗਾਇਆ ਹੈ ਨਾ ਅਤੇ ਢੇਰ 'ਚੋਂ ਇੱਕ ਦਾਣਾ ਚੱਕ ਕੇ ਪਤਾ ਲੱਗ ਜਾਂਦਾ ਵੀ ਕਣਕ ਜਾਂ ਜੀਰੀ ਕਿੱਦਾਂ ਦੀ ਹੈ ਨਾ ਚੌਲ ਕਿੱਦਾਂ ਦੇ ਨੇ ਇਹ ਇੱਕ ਦਾਣਾ ਇੱਕ ਇੱਕ ਗਾਣਾ ਸੁਣ ਕੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਅਤੇ ਬਗੈਰ ਹਾਰਮੋਨੀਅਮ ਪੁੱਤ ਕੁਛ ਕੁਛ ਵੀ ਸੁਣਾ ਹੋਰ ਇੱਕ ਇੱਕ ਸਤਾਈ ਸੁਣਾ ਦੀ ਬਸ ਨਾ ਫਿਰ ਆਪਾਂ ਗੱਲਾਂ ਬਾਤਾਂ ਜ਼ਿਆਦਾ ਕਰਾਂਗੇ ਬਗੈਰ ਹਾਰਮੋਨੀਅਮ ਤੋਂ ਸੁਣਾ ਦੀ ਸੋਨੇ ਦੀ ਇੱਟ ਮਾਇਆ ਰੱਬ ਤੈਨੂੰ ਕਲਮ ਦਿੱਤੀ ਇਹਨੇ ਜ਼ੁਲਮ ਨਾ ਲਿਖ ਮਾਇਆ ਤੈਨੂੰ ਖਬਰ ਨਾ ਕੋਈ ਜਿਹੜੀ ਸਾਡੇ ਨਾਲ ਹੋਈ ਜਿਵੇਂ ਉਜੜਿਆ ਸੀ ਓਏ ਉਜੜੇ ਨਾ ਕੋਈ ਕਿੱਦਾਂ ਕਰੀਦਾ ਗੁਜ਼ਾਰਾ ਸਾਡਾ ਰੱਬ ਜਾਣਦਾ ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ ਸਾਡਾ ਰੱਬ ਜਾਣਦਾ ਸਾਡਾ ਰੱਬ ਜਾਣਦਾ ਕਿਆ ਬਾਤ ਹੈ ਜੀ ਕਿਆ ਬਾਤ ਹੈ ਇੱਕ ਵਾਰ ਤੇਰਾ ਮੋਬਾਈਲ ਨੰਬਰ ਬੋਲ ਦੀ ਸਾਰਿਆਂ ਨੂੰ ਮੋਬਾਈਲ ਨੰਬਰ ਮੇਰਾ ਹੈਗਾ ਜੀ 8198 ਚਾਰ ਰੁਪਈਏ ਮਿਲਦੇ ਕਿਲੋ ਸਿਉਣ ਦੇ ਕਿੰਨੇ ਕਿਲੋ ਸਿਉਂਦੇ ਨੇ ਸ਼ਾਮ ਤੱਕ ਸਿਰਫ ਅੱਛਾ ਜੀ ਇਹ ਭੈਣ ਹੈ ਛੋਟੀ ਹੈ ਸਤਿ ਸ਼੍ਰੀ ਅਕਾਲ ਕਿਹੜੀ ਕਲਾਸ ਚ ਪੜ੍ਹਦੇ ਪੁੱਤ ਆਈ ਟੀ ਤੁਸੀਂ ਵੀ ਗੱਲ ਥੋੜਾ ਪਤਾ ਅੱਛਾ ਅੱਛਾ ਕੁੜੀਆਂ ਨੇ ਵਿਚਾਰੀਆਂ ਹੈ ਨਾ ਕਿ ਮਾਂ ਲਾਉਂਦੀ ਰੁੱਗ ਭੈਣ ਗੇੜਦੀ ਮਸ਼ੀਨ ਦੇਖੀ ਜ਼ਿੰਦਗੀ ਗਰੀਬਾਂ ਦੀ ਮੈਂ ਬਹੁਤ ਹੀ ਬਦੀਨ ਦੇਖੀ ਕਾਹਤੋਂ ਤਕਦੀਰਾਂ ਰੱਬਾ ਲਿਖ ਦਿੰਦਾ ਮਾੜੀਆਂ ਲੁਕੀ ਜਾਂਦੇ ਵੇਖੇ ਮੈਂ ਦਿਵਾਲੀ ਨੂੰ ਦਿਹਾੜੀਆਂ ਪਰ ਇੱਕ ਇੱਕ ਭੀਖ ਨਹੀਂ ਮੰਗਦੇ ਠੀਕ ਹੈ ਇਹਨਾਂ ਹਿੰਮਤਾਂ ਬਖਸ਼ੇ ਰੱਬ ਅਤੇ ਇਹਨਾਂ ਦਾ ਬਸ ਮੁੰਡਾ ਸਟਾਰ ਬਣ ਜਾਵੇ ਜਲਦੀ ਅਤੇ ਪੈਰ ਨਾ ਛੱਡੇ ਧਰਤੀ ਨਾਲ ਜੁੜਿਆ ਰਹੇ ਅਤੇ ਬਹੁਤ ਚੰਗੇ ਦਿਨ ਆ ਜਾਣਗੇ ਜਲਦੀ ਤੁਸੀਂ ਹੌਸਲਾ ਨਾ ਸਿੱਟੋ ਜੀ ਮੈਂ ਤੁਹਾਡੇ ਨਾਲ ਠੀਕ ਹੈ ਹਾਂ ਤੁਸੀਂ ਕਿਸੇ ਗੱਲ ਦੀ ਮਤਲਬ ਉਹ ਨਾ ਮੰਨੋ ਠੀਕ ਹੈ ਰੱਬ ਸਭ ਦੀ ਸੁਣਦਾ ਹੁੰਦਾ ਕੁਦਰਤ ਹਰ ਹਰ ਇੱਕ ਨੂੰ ਬੰਦੇ ਨੂੰ ਟਾਈਮ ਦਿੰਦਾ ਹੁੰਦਾ ਅਤੇ ਮੈਂ ਐਲਾਨ ਤਾਂ ਉਹਨਾਂ ਨੂੰ ਪਾਉਣਾ ਜਿਹੜੇ ਹਵਾ ਕਰਦੇ ਆ ਹੈ ਨਾ ਇੱਕ ਗਾਣਾ ਚੱਲਣ ਤੋਂ ਬਾਅਦ ਆਪਣੀ ਔਕਾਤ ਭੁੱਲ ਜਾਂਦੇ ਆਪਣੇ ਪੈਰ ਛੱਡ ਜਾਂਦੇ ਆ ਹੈ ਨਾ ਸਰੋਤਿਆਂ ਨੂੰ ਜਿਹੜੇ ਇਗਨੋਰ ਮਾਰਦੇ ਆ ਹੈ ਨਾ ਦੁਆਬਾ ਅਰਦਾਸਾਂ ਦੇ ਵਿੱਚ ਆਪਾਂ ਕਹਿੰਦੇ ਹੁੰਦੇ ਹਾਂ ਕਿ ਜਦ ਲੋਕ ਜਿਹੜੇ ਸਰੋਤੇ ਸਾਡੇ ਨਾਲ ਫੋਟੋਆਂ ਕਰਾਉਣ ਜਦੋਂ ਫੋਟੋਆਂ ਕਰਾਉਂਦੇ ਫਿਰ ਤੁਹਾਡੇ ਬੌਂਸਰ ਗਲਮਿਆਂ ਤੋਂ ਫੜ ਕੇ ਪਰੇ ਕਰ ਦਿੰਦੇ ਆ ਅਤੇ ਲੱਕੀ ਗੁੱਡ ਲੱਕ ਹੈ ਮੇਰੇ ਵੱਲ ਪੁੱਤੋਂ ਤੇਰਾ ਨਾਂ ਹੀ ਲੱਕੀ ਹੈ ਯਾਰ ਹੈ ਨਾ ਅਤੇ ਦਾਦੀ ਕਿੰਨੀ ਉਮਰ ਹੋ ਗਈ ਬਹੁਤਾ ਲੰਮਾ ਸੀ ਤੁਹਾਡਾ ਟਾਈਮ ਲੈਂਦੇ ਨੀ ਠੀਕ ਹੈ ਭੈਣੀ ਸਤਿ ਸ਼੍ਰੀ ਅਕਾਲ ਜੀ